विसाखी के पवित्र दिहाड़े नूं मुख रखते हुए तालीवाल फार्म मशीनरी के एमडी ने साडे पत्रकार नाल गलबात कीती। पेश है इस संबंधी एक खास रिपोर्ट। ਪਰ ਜੀ ਸਭ ਤੋਂ ਪਹਿਲਾਂ ਤਾਂ ਖਾਲਸੇ ਦੇ ਜਨਮ ਦਿਹਾੜੇ ਵਿਸਾਖੀ ਦੇ ਪਵਿੱਤਰ ਤਿਉਹਾਰ ਦੀਆਂ ਤੁਹਾਨੂੰ ਬਹੁਤ ਬਹੁਤ ਵਧਾਈਆਂ ਹੋਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਾਰੀਆਂ ਸਿੱਖ ਸੰਗਤਾਂ ਨੂੰ ਵਿਸਾਖੀ ਦੇ ਦਿਹਾੜੇ ਦੀਆਂ ਬਹੁਤ ਬਹੁਤ ਲੱਖ ਲੱਖ ਵਧਾਈਆਂ ਦਾਸ ਰਵਦੀਪ ਸਿੰਘ ਧਾਲੀਵਾਲ ਵੱਲੋਂ। ਰਵਦੀਪ ਜੀ, ਇਹ ਜਿਹੜਾ ਧਾਲੀਵਾਲ ਰੋਟਾਵੇਟਰ ਮੁੱਲਾਪੁਰ, ਜਿਹੜਾ ਕਿ ਤੁਸੀਂ ਇੱਕ ਸਟਾਰਟਿੰਗ ਤੋਂ ਜਿਹੜਾ ਹੈਗਾ ਸ਼ੁਰੂ ਕਰਿਆ, ਔਰ ਅੱਜ ਦਾ ਜਿਹੜਾ ਨਾਮ ਹੈਗਾ ਧਾਲੀਵਾਲ ਦਾ ਜਿਹੜਾ ਹੈਗਾ, ਕਿਉਂਕਿ ਪੰਜਾਬ ਦੇ ਬਹੁਤ ਸਾਰੇ ਘਰਾਂ ਦੇ ਵਿੱਚ ਕਿਸਾਨਾਂ ਨੂੰ ਇਹ ਜਾ ਚੁੱਕਿਆ, ਔਰ ਕਿਸਾਨ ਜਿਹੜੇ ਹੈਗੇ ਆ ਇਹ ਤੋਂ ਖੁਸ਼ੀ ਆਪਣੀ ਜਿਹੜੀ ਆ ਪ੍ਰਾਪਤ ਕਰ ਚੁੱਕਿਆ, ਉਹਨਾਂ ਨੂੰ ਨਵੀਆਂ ਨਵੀਆਂ ਜਿਹੜੀਆਂ ਹੈਗੀਆਂ ਪਹਿਲਾਂ ਦੇ ਨਾਲ ਜਿਹੜੀ ਆਸਾਨੀ ਹੋਈ ਆ, ਕੀ ਕਹਿਣਾ ਚਾਹੋਗੇ? ਇਹ ਗੁਰੂ ਸਾਹਿਬ ਦੀ ਬੜੀ ਬੇਅੰਤ ਕਿਰਪਾ ਕਿ ਇੱਕ ਗੁਜਰਾਤ ਦੀ ਕੰਪਨੀ ਤੀਰਥ ਐਗਰੋ ਟੈਕਨੋਲੋਜੀ ਨੇ ਇਹ ਪ੍ਰੋਡਕਟ ਬਣਾਇਆ, ਜਿਹੜਾ ਕਿ ਸ਼ਕਤੀਮਾਨ ਦੇ ਨਾਮ 'ਤੇ ਰੋਟਾਵੇਟਰ ਮਸ਼ਹੂਰ ਆ। ਅਸੀਂ ਇਹਦੇ ਡੀਲਰ ਹੈਗੇ ਹਾਂ ਅਤੇ ਗੁਰੂ ਸਾਹਿਬ ਦੀ ਬਖਸ਼ਿਸ਼ ਨਾਲ ਅਸੀਂ ਪਿਛਲੇ 2 ਸਾਲਾਂ ਤੋਂ ਇਹਦਾ ਕੰਮ ਕਰ ਰਹੇ ਹਾਂ ਅਤੇ ਬਹੁਤ ਹੀ ਭਰਵਾਂ ਹੁੰਗਾਰਾ ਮਿਲ ਰਿਹਾ ਲੋਕਾਂ ਕੋਲੋਂ। ਅਤੇ ਇਹਦੇ ਨਾਲ ਜੋ ਜ਼ਿਮੀਦਾਰ ਨੂੰ ਆਸਾਨੀ ਹੁੰਦੀ ਹੈ ਕਿ ਜ਼ਿਮੀਦਾਰ ਖੜ੍ਹੇ ਕਰਜ਼ਿਆਂ ਦੇ ਵਿੱਚ ਵੀ ਆਪਦਾ ਵਾਹ ਸਕਦਾ, ਕਣਕ ਬੀਜ ਸਕਦਾ ਨਾਲ ਦੀ ਨਾਲ ਇਹ 'ਤੇ ਸੀਡ ਡਰਿੱਲ ਲਾ ਕੇ, ਅਤੇ ਜ਼ਮੀਨ ਦੀ ਵਾਹੀ ਅਤੇ ਜ਼ਮੀਨ ਦੀ ਰੱਖ ਰਖਾਅ ਬਹੁਤ ਹੀ ਸੁਖਾਲਾ ਹੋ ਗਿਆ ਜ਼ਿਮੀਦਾਰ ਨੂੰ ਇਹਦੇ ਨਾਲ। ਸਰ, ਤੁਸੀਂ ਕੀ ਪਰਟੇਨ ਕਰੋਗੇ? ਦੇਖੋ, ਅੱਜ ਵੱਖ ਵੱਖ ਜਗ੍ਹਾ ਦੇ ਉੱਪਰ ਨਵੇਂ ਨਵੇਂ ਪ੍ਰੋਡਕਟਸ ਆ ਰਹੇ ਨੇ, ਔਰ ਤੁਸੀਂ ਇੰਨੇ ਥੋੜ੍ਹੇ ਚਿਰ ਦੇ ਵਿੱਚ ਹੀ, ਜਿੱਦਾਂ 1 ਸਾਲ 1.5 ਸਾਲ 2 ਸਾਲ ਦੇ ਵਿੱਚ ਹੀ ਤੁਸੀਂ ਜਿਹੜਾ ਹੈਗਾ ਆਪਣਾ ਬ੍ਰਾਂਡ ਗੁਰੂ ਸਾਹਿਬ ਨੂੰ ਤੁਸੀਂ ਮਤਲਬ ਸਾਰਾ ਪਟੇਨ ਕਰੋ, ਕੀ ਕਹਿਣਾ ਚਾਹੋ? ਇਹ ਤਾਂ ਜੀ ਹੁਣ ਗੁਰੂ ਸਾਹਿਬ ਦੀ ਬਖਸ਼ਿਸ਼ ਹੀ ਹੈ। ਗੁਰੂ ਸਾਹਿਬ ਨੇ ਆਪਦੇ ਨਾਲ ਜੋੜਿਆ, ਚਰਨਾਂ ਦੇ ਨਾਲ ਵਿੱਚ ਸਥਾਨ ਜਗ੍ਹਾ ਬਖਸ਼ੀ ਹੈ। ਅੱਜ ਵਿਸਾਖੀ ਦਾ ਦਿਹਾੜਾ ਅਤੇ ਮਾਲਕ ਦੀ ਕਿਰਪਾ ਜੀ, ਬਸ ਅੱਜ ਵੀ ਵਧੀਆ ਬਿਜ਼ਨਸ ਮਿਲਿਆ ਹੈਗਾ। ਫਿਰ ਜੀ, ਹੋਰ ਕਿਹੜੇ ਕਿਹੜੇ ਪ੍ਰੋਡਕਟ ਜਿਹੜੇ ਹੈਗੇ ਆ ਤੁਸੀਂ ਇੱਥੇ ਆਪਣੇ ਬਣਾਉਂਦੇ ਹੋ, ਔਰ ਨਵੇਂ ਆ ਤੁਹਾਡੇ ਮਾਇੰਡ 'ਚ ਹੋਰ ਕੀ ਕਨਸੈਪਟਸ ਨੇ ਵੀ ਮੈਂ ਕੀ ਹੋਰ ਮਤਲਬ ਕਿਸਾਨਾਂ ਨੂੰ ਨਵੇਂ ਨਵੇਂ ਚੀਜ਼ਾਂ ਲਿਆ ਕੇ ਦੇਵਾਂ ਜਿਹਦੇ ਨਾਲ ਕਿ ਇੱਕ ਟੋਪ ਬ੍ਰਾਂਡ ਜਿਹੜਾ ਹੈਗਾ ਉਹਦੇ ਰੂਪ 'ਚ ਤੁਸੀਂ ਸਾਹਮਣੇ ਹੋ? ਸਾਡਾ ਆਪਦਾ ਇੱਕ ਗੁਰੂ ਸਾਹਿਬ ਦੀ ਬਖਸ਼ਿਸ਼ ਨਾਲ 2010 ਤੋਂ ਅਸੀਂ ਰੋਇਲ ਸਟਾਲੀਅਨ ਲੇਜ਼ਰ ਲੈਵਲਰ ਵੇਚ ਰਹੇ ਹਾਂ, ਅਤੇ ਜੋ ਕਿ ਪੰਜਾਬ ਦੇ ਵਿੱਚ ਬੜੀ ਹੀ ਮਤਲਬ ਚੰਗਾ ਫਲ ਫੁੱਲ ਰਿਹਾ, ਵੱਧ ਰਿਹਾ ਹੈਗਾ, ਅਤੇ ਬੜੀ ਕਿਰਪਾ ਦੇ ਨਾਲ ਚੱਲਦਾ ਕੰਮ। ਅਤੇ ਗੁਰੂ ਸਾਹਿਬ ਦੀ ਬਖਸ਼ਿਸ਼ ਦੇ ਨਾਲ ਜਿਹੜਾ ਲੇਜ਼ਰ ਲੈਵਲਰ ਹੈਗਾ ਜਦੋਂ ਪੰਜਾਬ ਦੇ ਵਿੱਚ ਲਾਂਚ ਹੋਇਆ 7 ਮਾਰਚ 2007 ਨੂੰ, ਜੋ ਪੰਜਾਬ ਦੇ ਵਿੱਚ ਪਹਿਲਾ ਲੇਜ਼ਰ ਲੈਵਲਰ ਲਾਂਚ ਹੋਇਆ, ਉਹਨੂੰ ਵੇਚਣ ਦੀ ਵੀ ਮਤਲਬ ਜੋ ਸੀਗੀ ਸੇਵਾ ਉਹ ਗੁਰੂ ਸਾਹਿਬ ਨੇ ਮੈਨੂੰ ਬਖਸ਼ੀ। ਅਤੇ ਪੰਜਾਬ ਦੇ ਵਿੱਚ ਮੈਂ 3000 ਤੋਂ ਵੱਧ ਲੇਜ਼ਰ ਲੈਵਲਰ ਵੇਚ ਚੁੱਕਿਆ ਹੈਗਾ ਹੁਣ ਤੱਕ, ਅਤੇ 2010 ਤੋਂ ਅਸੀਂ ਆਪਦਾ ਬ੍ਰਾਂਡ ਲੇਜ਼ਰ ਲੈਵਲਰ ਦੇ ਵਿੱਚ ਰੋਇਲ ਸਟਾਲੀਅਨ ਦੇ ਨਾਲ ਵੇਚ ਰਹੇ ਹਾਂ, ਅਤੇ ਬੜੀ ਹੀ ਵਧੀਆ ਲੋਕਾਂ ਨੂੰ ਸਰਵਿਸ ਦਿੰਦੇ ਹਾਂ ਅਤੇ ਬਹੁਤ ਹੀ ਵਧੀਆ ਪ੍ਰੋਡਕਟ ਦਿੰਦੇ ਹਾਂ। ਇਹ ਡੈਨਮਾਰਕ ਤੋਂ ਪ੍ਰੋਡਕਟ ਆਉਂਦਾ, ਜਿਹੜਾ ਅਸੀਂ ਇਹਦੇ ਨਾਲ ਮਸ਼ੀਨ ਕੰਟਰੋਲ ਸਿਸਟਮ ਲਾ ਰਹੇ ਹਾਂ, ਲਾਈਕਾ ਕੰਪਨੀ ਆ, ਉਹਦਾ ਹੀ ਸਿਸਟਰ ਕੰਸਰਨ ਆ ਮਾਈਕਰੋਫਿਨ, ਉਹਦਾ ਅਸੀਂ ਪ੍ਰੋਡਕਟਸ ਲਾ ਰਹੇ ਹਾਂ ਜੀ ਸਾਰੇ। ਅਤੇ ਅੱਗੇ ਜੋ ਹੈਗਾ ਖੇਤੀ ਦੇ ਵਿੱਚ ਵੱਖ ਵੱਖ ਜਿਵੇਂ ਵੀ ਮਸ਼ੀਨਰੀ ਦੇ ਵਿੱਚ ਵਖਰੇਵਾਂ ਆਊਗਾ ਜਾਂ ਜੋ ਵੀ ਸਮੇਂ ਦੀ ਲੋੜ ਹੋਊਗੀ ਉਹ ਅਸੀਂ ਜ਼ਰੂਰ ਮਸ਼ੀਨਾਂ ਬਣਾ ਕੇ ਅਤੇ ਜ਼ਿਮੀਦਾਰਾਂ ਦੇ ਵਿੱਚ ਦੇਵਾਂਗੇ ਜੀ। ਸਰ, ਜਿਹੜੀ ਵੀ ਸਬਸਿਡੀ ਗੌਰਮੈਂਟ ਮਤਲਬ ਚਾਹੇ ਉਹ ਪੰਜਾਬ ਗੌਰਮੈਂਟ ਹੈ ਚਾਹੇ ਉਹ ਹਿੰਦੁਸਤਾਨ ਦੀ ਗੌਰਮੈਂਟ ਹੈ, ਜਿਹੜੀ ਵੀ ਸਬਸਿਡੀ ਉਹ ਦਿੰਦੀ ਆ, ਕਿ ਸਬਸਿਡੀ ਜਿਹੜੀ ਹੈਗੀ ਉਹਦੇ ਲਈ ਕਿਸਾਨਾਂ ਨੂੰ ਮੁੜ ਕੇ ਧੱਕੇ ਖਾਣੇ ਪੈਂਦੇ ਕਿ ਉਹਨੂੰ ਤੁਸੀਂ ਪੂਰਾ ਉਹਦੀ ਹੈਲਪ ਕਰਕੇ ਸਾਰਾ ਕੁਝ ਉਹਨੂੰ ਮਤਲਬ ਈਜ਼ੀ ਕਰਾਉਂਦੇ ਹੋ? ਸਾਡੀ ਜੋ ਕੋਸ਼ਿਸ਼ ਰਹਿੰਦੀ ਹੈ ਜੀ, ਜਿੰਨੀ ਵੀ ਜਦੋਂ ਵੀ ਸਬਸਿਡੀ ਆਵੇ, ਜੋ ਵੀ ਅਖਬਾਰ ਦੇ ਵਿੱਚ ਨੋਟੀਫਿਕੇਸ਼ਨ ਆਉਂਦੀ ਹੈ, ਸਾਡੇ ਨਾਲ ਜੁੜੇ ਜਿੰਨੇ ਵੀ ਕਿਸਾਨ ਵੀਰ ਹੁੰਦੇ ਆ, ਅਸੀਂ ਹਰੇਕ ਨੂੰ ਸੁਨੇਹਾ ਲਾਇਆ ਜਾਂਦਾ ਕਿ ਵੀਰ ਜੀ ਵੀ ਸਬਸਿਡੀ ਆ ਗਈ ਹੈ ਸਰਕਾਰ ਵੱਲੋਂ, ਅਤੇ ਆਪਦੇ ਆਪਦੇ ਬਲਾਕਾਂ ਦੇ ਵਿੱਚ ਜਾ ਕੇ ਤੁਸੀਂ ਆਪਦੇ ਕਾਗਜ਼ ਜਮ੍ਹਾਂ ਕਰਾਓ, ਅਤੇ ਉਹਦੇ ਵਿੱਚ ਜੋ ਲੋੜੀਂਦੀ ਹੈਲਪ ਸਾਡੇ ਵੱਲੋਂ ਚਾਹੀਦੀ ਹੁੰਦੀ ਆ, ਜਾਂ ਕਿਤੇ ਡਰਾਫਟ ਬਣਾ ਕੇ ਦੇਣ ਦੀ ਲੋੜ ਪਵੇ ਜ਼ਿਮੀਦਾਰ ਨੂੰ, ਜਾਂ ਕੋਈ ਜ਼ਿਮੀਦਾਰ ਨੂੰ ਉਹਦੇ ਕਾਗਜ਼ਾਂ ਪੱਤਰਾਂ ਦੇ ਵਿੱਚ ਹੀ ਕਿਸੇ ਕਿਸਮ ਦੀ ਲੋੜ ਹੋਵੇ ਤਾਂ ਅਸੀਂ ਨਾਲ ਹੈਲਪ ਕਰਦੇ ਹਾਂ। ਅਤੇ ਸਰਕਾਰ ਬੜਾ ਹੀ ਵਧੀਆ ਉਪਰਾਲਾ ਕਰਦੀ ਹੈ, ਹਰੇਕ ਸਾਲ ਕਾਫੀ ਸਬਸਿਡੀ ਆਉਂਦੀ ਆ। ਐਤਕੀ ਲੇਜ਼ਰ ਲੈਵਲਰ ਦੇ ਵਿੱਚ ਆਲ ਓਵਰ ਪੰਜਾਬ ਦੇ ਵਿੱਚ ਤਕਰੀਬਨ 400 ਪੀਸਾਂ 'ਤੇ ਸਬਸਿਡੀ ਗੌਰਮੈਂਟ ਨੇ ਦਿੱਤੀ ਹੈ, ਅਤੇ ਤਕਰੀਬਨ ਮੇਰੇ ਹਿਸਾਬ ਨਾਲ 1000 ਤੋਂ ਉੱਪਰ ਰੋਟਾਵੇਟਰਾਂ 'ਤੇ ਵੀ ਸਬਸਿਡੀ ਦਿੱਤੀ ਹੈ ਸਰਕਾਰ ਨੇ। ਅਤੇ ਹੋਰ ਵੀ ਬਹੁਤ ਕਾਫੀ ਮਸ਼ੀਨਰੀਆਂ 'ਤੇ ਸਬਸਿਡੀ ਆ ਰਹੀ ਹੈ, ਜਿਵੇਂ ਕਿ ਸਾਡੇ ਕੋਲ ਪੋਸਟ ਹੋਲ ਡਿੱਗਰ ਹੁੰਦਾ ਇੱਕ, ਉਹ ਜਿਵੇਂ ਬੂਟੇ ਲਾਉਣ ਵਾਸਤੇ, ਟੋਏ ਪੱਟਣ ਵਾਸਤੇ, ਉਹਦੇ 'ਤੇ ਵੀ ਸਬਸਿਡੀ ਦੇ ਰਹੀ ਹੈ, ਅਤੇ ਹੋਰ ਵੀ ਕਈ ਪ੍ਰੋਡਕਟਾਂ 'ਤੇ ਸਰਕਾਰ ਸਬਸਿਡੀ ਦੇ ਰਹੀ ਹੈ। ਸਰ, ਤੁਸੀਂ ਕੀ ਪਟੇਨ ਕਰੋਗੇ ਕਿ ਜਿਹੜਾ 700 ਤੁਸੀਂ ਬਿਜ਼ਨਸ ਕੀਤਾ ਔਰ ਲੋਕਾਂ ਦੇ ਨਾਲ ਜੋ ਹੈ ਉਹੀ ਮਤਲਬ ਗੱਲ ਕਰੀ, ਵੱਧ ਚੜ੍ਹ ਕੇ ਗੱਲਾਂ ਲੋਕਾਂ ਨੂੰ ਨਹੀਂ ਕਹੀਆਂ ਵੀ ਆਹ ਹੋਜੂ ਆਹ ਹੋਜੂਗਾ, ਉਹਦਾ ਹੀ ਕਾਰਨ ਆ ਵੀ ਅੱਜ ਤੁਸੀਂ ਲੇਜ਼ਰ ਜਿਹੜਾ ਸਟਾਰਟਿੰਗ ਹੋਈ ਔਰ ਉਦੋਂ ਤੱਕ 3000 ਪੀਸ ਵੇਚਣਾ ਇੱਕ ਮਾਰਵਲਿਸ ਹੈ। 2 ਸਾਲਾਂ ਦੇ ਵਿੱਚ, 3 ਸਾਲਾਂ ਦੇ ਵਿੱਚ ਵੱਡੀਆਂ ਵੱਡੀਆਂ ਕੰਪਨੀਆਂ, ਬਹੁਤ ਪੁਰਾਣੇ ਪੁਰਾਣੇ ਬੰਦੇ ਜਿਹੜੇ ਪੁਰਾਣੇ ਪੁਰਾਣੇ ਬੰਦੇ ਜਿਹੜੇ ਉਹ ਵੀ ਇਸ ਚੀਜ਼ ਨੂੰ ਅਚੀਵ ਨਹੀਂ ਕਰ ਪਾਏ, ਕੀ ਇਹਨੂੰ ਮਤਲਬ ਤੁਸੀਂ ਇਹਦਾ ਕਰਨ? ਇਹਦਾ ਕਾਰਨ ਰਿਹਾ ਜੀ, ਅਸੀਂ ਮਤਲਬ ਜਦੋਂ ਲੇਜ਼ਰ ਲੈਵਲਰ ਇੰਡੀਆ ਦੇ ਵਿੱਚ ਆ ਕੇ ਸ਼ੁਰੂ ਹੋਇਆ
ਉਦੋਂ ਤੋਂ ਹੀ ਗੁਰੂ ਸਾਹਿਬ ਨੇ ਸੇਵਾ ਬਖਸ਼ੀ ਹੈ ਅਤੇ ਉਸ ਕੰਪਨੀ ਦੇ ਵਿੱਚ ਮੈਂ ਕੰਮ ਕਰਦਾ ਰਿਹਾ ਅਤੇ ਇਸੇ ਕਰਕੇ ਸਾਡਾ ਨਾਮ ਹੈ ਅਤੇ ਜਾਨੂੰ ਲੋਕਾਂ ਨੇ ਸਮਝਿਆ ਹੋਰ ਜਿੰਨੇ ਵੀ ਮੈਨੂਫੈਕਚਰਸ ਨੇ ਜਾਣੇ ਉਹਨਾਂ ਨੂੰ ਜਾਨੂੰ ਉਹਨਾਂ ਨੇ ਸਮਝਿਆ ਉਦੋਂ ਤੱਕ ਅਸੀਂ ਹਜ਼ਾਰਾਂ ਪੀਸ ਵੇਚ ਚੁੱਕੇ ਸੀਗੇ ਜੀ ਇਹੀ ਕਾਰਨ ਹੈ ਕਿ ਅਸੀਂ ਉਹਨਾਂ ਤੋਂ ਅੱਗੇ ਰਹੇ ਹੈਗੇ ਹੁਣ ਤੱਕ ਅਤੇ ਤੁਸੀਂ ਕਿਉਂਕਿ ਬੀਂਗ 1000 ਪੀਸ ਵੇਚ ਚੁੱਕੇ ਹੁਣ ਜਿਹੜਾ ਨਵਾਂ ਬੰਦਾ ਬਣਾਉਂਦਾ ਕਿਉਂਕਿ ਅੱਜ ਕੱਲ੍ਹ ਕੰਪੀਟੀਸ਼ਨ ਦਾ ਜ਼ਮਾਨਾ ਜਿਹੜੀ ਵੀ ਚੀਜ਼ ਨੂੰ ਕੋਈ ਦੇਖੇ ਲੈਵਲਰ ਨੂੰ ਦੇਖਿਆ ਤਾਂ 20 ਕੰਪਨੀਆਂ ਨੇ ਲੈਵਲਰ ਬਣਾਤਾ ਕੀ ਤੁਸੀਂ ਸੋਚਦੇ ਹੋ ਕਿ ਤੁਸੀਂ ਉਸ ਚੀਜ਼ ਦੇ ਵਿੱਚ ਹੋਰ ਨਵੀਆਂ ਐਡੀਸ਼ਨਸ ਕਰਕੇ ਔਰ ਹੋਰ ਪ੍ਰਾਈਜ਼ ਨੂੰ ਡਾਊਨ ਕਰਕੇ ਅਤੇ ਹੋਰ ਸਵਾਦ ਦੇ ਕੇ ਜ਼ਿਮੀਂਦਾਰਾਂ ਨੂੰ ਕਰਦੇ ਹੋ ਜਿਹੜੀ ਹੈਗੀ ਹੈ ਜੀ ਪ੍ਰਾਈਜ਼ ਦੀ ਗੱਲ ਅਸੀਂ ਪ੍ਰਾਈਜ਼ ਨੂੰ ਕੋਈ ਬਹੁਤਾ ਜ਼ਿਆਦਾ ਡਾਊਨ ਨਹੀਂ ਕੀਤਾ ਜਦੋਂ ਸ਼ੁਰੂ ਕੀਤਾ ਸੀ 2007 ਦੇ ਵਿੱਚ ਉਦੋਂ ਵੀ 3,25,000 ਦਾ ਵੇਚਦੇ ਸੀ ਅੱਜ ਵੀ 3,25,000 ਦਾ ਹੀ ਵੇਚਦੇ ਹਾਂ ਉਹਦਾ ਕਾਰਨ ਕੀ ਹੈ ਕਿ ਅਸੀਂ ਆਪਦੇ ਪ੍ਰੋਡਕਟ ਦੇ ਵਿੱਚ ਕੁਆਲਿਟੀ ਨੂੰ ਡਾਊਨ ਨਹੀਂ ਲਿਆਏ ਜਿਹੜੇ ਮੈਨੂਫੈਕਚਰਰਸ ਜਾਂ ਕਹਿ ਲਈਏ ਵੀ ਕੋਈ ਵੀ ਪ੍ਰੋਡਕਟ ਨੂੰ ਜੇ ਕੁਆਲਿਟੀ 'ਚ ਡਾਊਨ ਆਉਣਗੇ ਹੋ ਸਕਦਾ ਕਿ ਚਲੋ ਲੋਹਾ ਉਹ ਵੱਧ ਲਾ ਦੇਣਗੇ ਉਹਨੂੰ ਭਾਰਾ ਬਣਾ ਦੇਣਗੇ ਜ਼ਿਆਦਾ ਸੁਨੱਖਾ ਬਣਾ ਦੇਣਗੇ ਪਰ ਉਹ ਜਿਹੜਾ ਲੇਜ਼ਰ ਮਸ਼ੀਨ ਕੰਟਰੋਲ ਸਿਸਟਮ ਆ ਚਾਹੇ ਉਹ ਦੇਸੀ ਲਾ ਦੇਣਗੇ ਚਾਹੇ ਹਲਕਾ ਲਾਉਣਗੇ ਜਾਂ ਚਾਈਨੀਜ਼ ਲਾਉਣਗੇ ਉਹਦੇ ਨਾਲ ਹੀ ਪ੍ਰੋਡਕਟ ਦੀ ਕੀਮਤ ਥੱਲੇ ਆ ਸਕਦੀ ਹੈ ਅਸੀਂ ਥੱਲੇ ਨਾ ਲਿਆਉਣਾ ਚਾਹੁੰਦੇ ਹਾਂ ਅਤੇ ਨਾ ਹੀ ਅਸੀਂ ਕੋਸ਼ਿਸ਼ ਹੋਊ ਸਾਡੀ ਕਿ ਅਸੀਂ ਆਪਦੇ ਪ੍ਰੋਡਕਟ ਦੀ ਕੁਆਲਿਟੀ ਨੂੰ ਥੱਲੇ ਲਿਆਈਏ ਸਰ ਪੰਜਾਬ ਸਰਕਾਰ ਵੱਲੋਂ ਔਰ PAU ਵੱਲੋਂ ਬਹੁਤ ਹੀ ਵੱਡੇ ਉਪਰਾਲੇ ਹੁੰਦੇ ਆ ਵਾਰ ਵੱਖ ਵੱਖ ਜਗ੍ਹਾ ਦੇ ਉੱਪਰ ਜਾ ਕੇ ਕਿਸਾਨ ਮੇਲੇ ਵਗੈਰਾ ਲਗਾਏ ਜਾਂਦੇ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਕਿ ਇਹ ਜਿਹੜੇ ਹੈਗੇ ਆ ਕਿਸਾਨਾਂ ਨੂੰ ਵਿਜਿਟ ਕਰਨ ਦਾ ਜਦੋਂ ਮੌਕਾ ਮਿਲਦਾ ਕਿਸਾਨਾਂ ਨੂੰ ਨਵੀਆਂ ਨਵੀਆਂ ਚੀਜ਼ਾਂ ਸਮਝਣ ਦਾ ਮੌਕਾ ਮਿਲਦਾ ਬਾਰੇ ਦੇਖੋ ਮੇਲਿਆਂ ਦੀ ਤਾਂ ਹਮੇਸ਼ਾ ਤੋਂ ਹੀ ਲੋੜ ਰਹੀ ਹੈ ਕਿਉਂਕਿ ਜੇ ਆਪਾਂ ਕਿਸੇ ਮੇਲੇ 'ਤੇ ਜਾਂ ਈਵੈਂਟ 'ਤੇ ਗੈਦਰਿੰਗ ਹੋ ਜਾਂਦੀ ਆ ਜਿਵੇਂ ਹੁਣ ਕਿਸਾਨ ਮੇਲਾ ਲੱਗਦਾ ਹੈਗਾ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਉੱਥੇ ਲੱਖਾਂ ਦੇ ਤਾਦਾਦ ਦੇ ਵਿੱਚ ਜ਼ਿਮੀਂਦਾਰ ਭਰਾ ਆਉਂਦੇ ਆ ਉੱਥੋਂ ਨਵੇਂ ਨਵੇਂ ਬੀਜ ਲੈ ਕੇ ਜਾਂਦੇ ਆ ਜਾਂ ਨਵੀਆਂ ਜਿੰਨੀਆਂ ਵੀ ਮਸ਼ੀਨਰੀਆਂ ਆਉਂਦੀਆਂ ਉਹਨਾਂ ਦੇ ਬਾਰੇ ਜਾਣਕਾਰੀ ਲੈ ਕੇ ਜਾਂਦੇ ਆ ਉਹਦੇ ਨਾਲ ਉਹਨਾਂ ਨੂੰ ਬਹੁਤ ਫਾਇਦਾ ਹੁੰਦਾ ਅਤੇ ਇਹ ਪੰਜਾਬ ਸਰਕਾਰ ਨੂੰ ਚਾਹੀਦਾ ਕਿ ਜਿਵੇਂ ਐਤਕੀ ਚੱਪੜਚਿੜੀ ਮੇਲਾ ਲਾਇਆ ਅਤੇ ਉਸ ਤਰ੍ਹਾਂ ਦੇ 3-4 ਹੋਰ ਮੇਲੇ ਅਲੱਗ ਅਲੱਗ ਹੋਰ ਵੀ ਡਿਸਟ੍ਰਿਕਟਾਂ ਦੇ ਵਿੱਚ ਕਾਫੀ ਵੱਡੇ ਪੱਧਰ 'ਤੇ ਲਾਏ ਜਾਣ।